ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਤੇ ਬਾਣੀ ਤੇ ਕ੍ਰਿਸਚੈਨਿਟੀ ਤੇ ਰੀਅਲ ਇਸਲਾਮ ਦਾ ਪ੍ਰਚਾਰ ਕਰਦਾ। ਜਿਹੜਾ ਰੀਅਲ ਇਸਲਾਮ ਹੈਗਾ ਸੂਰਜ ਦਾ ਹੈਗਾ, ਚੰਦ ਤਾਰੇ ਦਾ ਨਹੀਂ ਹੈਗਾ। ਚੰਦ ਤਾਰੇ ਦਾ ਮੁੱਲਾ ਦਾ ਇਸਲਾਮ ਹੈਗਾ, ਇੰਸ਼ ਮੁੱਲਾ ਦਾ। ਜਿਹੜਾ ਸੂਰਜ ਦਾ ਇਸਲਾਮ ਹੈਗਾ ਉਹ ਹੈਗਾ ਇੰਸ਼ ਅੱਲਾ ਦਾ। ਸਤਿਗੁਰੂ ਨਾਨਕ ਦੇਵ ਜੀ ਤੇ ਕ੍ਰਾਈਸਟ ਜੀਸਸ ਦੋਨਾਂ ਨੇ ਸੂਰਜ ਦੇ ਇਸਲਾਮ ਦੀ ਪ੍ਰਚਾਰ ਕੀਤਾ ਹੈਗਾ, ਚੰਦ ਦਾ ਨਹੀਂ ਕੀਤਾ। ਇਹਦੇ 'ਚ ਫਿਰ ਤੁਸੀਂ ਹਰ ਇੱਕ ਨੇ ਆਪਣਾ ਹਿਸਾਬ ਕਿਤਾਬ ਖੁਦ ਅਕਾਲ ਪੁਰਖ ਨੂੰ ਦੇਣਾ, ਕਿਸੇ ਨੇ ਨਹੀਂ ਦੇਣਾ। ਇਹ ਮੁੱਲਾ ਜਿਹੜੇ ਮੁੱਲਾ ਨੇ ਨਹੀਂ ਦੇਣਾ ਇਹਨਾਂ ਦਾ ਹਿਸਾਬ ਕਿਤਾਬ। ਜਿੱਥੇ ਮੁੱਲਾ ਜਾਏਗਾ ਉੱਥੇ ਉਹਦੇ ਚੇਲੇ ਜਾਣਗੇ ਸਾਰੇ। ਅਤੇ ਇਸ ਲਈ ਜੇ ਕਿਸੇ ਨੇ ਮੁਕਤੀ ਪਾਉਣੀ ਹੈਗੀ ਤਾਂ ਉਹ ਆਪਣੇ ਸਤਿਗੁਰੂ ਪਾਣੀ ਚੱਲੇ। ਇੱਥੇ ਮੈਂ ਵਿਆਖਿਆ ਕਰ ਰਿਹਾ ਹੈਗਾ ਸਲੋਕ ਮਹਲਾ ਤੀਜਾ। ਪਹਿਲਾਂ ਸਤਿਗੁਰੂ ਅਮਰਦੇਵ ਜੀ ਦੀ ਉਹਨਾਂ ਦਾ ਕੀ ਕੰਮ ਸੀਗਾ। ਇਹ 6 ਸਤਿਗੁਰੂ ਹੋਏ ਨੇ, ਉਹਨਾਂ ਨੇ ਹਰ ਇੱਕ ਨੇ ਸਪੈਸ਼ਲਾਈਜ਼ ਕੀਤਾ ਹੈਗਾ। ਪਹਿਲੇ ਸਤਿਗੁਰੂ ਨਾਨਕ ਦੇਵ ਜੀ ਨੇ ਜਨਰਲ ਇੰਟਰੋਡਕਸ਼ਨ ਦਿੱਤੀ, ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਫਿਰ ਉਹਨਾਂ ਨੂੰ ਸਿੱਖੀ ਲਈ ਤਿਆਰ ਕੀਤਾ। ਉਹਨਾਂ ਨੂੰ ਫਿਰ ਸਟੇਜ ਬਾਈ ਸਟੇਜ ਚੱਕੀ ਹੈ ਉੱਪਰ, ਅਤੇ ਹਰ ਇੱਕ ਨੇ ਸਪੈਸ਼ਲਾਈਜ਼ ਕੀਤਾ ਹੈਗਾ ਆਪਣਾ ਫੀਲਡ। ਅਤੇ ਜੇ ਤੁਸੀਂ ਸਮਝ ਆਓ ਵੀ ਉਹਨਾਂ ਦਾ ਕੀ ਸੀਗਾ ਸਪੈਸ਼ਲਾਈਜੇਸ਼ਨ, ਉਹਨਾਂ ਦਾ ਕੀ ਕੰਮ ਸੀਗਾ, ਤਾਂ ਤੁਹਾਨੂੰ ਉਹਨਾਂ ਬਾਣੀ ਸਮਝ ਆ ਜੂ ਵੀ ਇਹ ਬਾਣੀ ਕਿਹਨੂੰ ਲੱਗਦੀ, ਕਿੱਥੇ ਢੁੱਕਦੀ ਹੈਗੀ, ਇਹ ਕਿਹਦੇ 'ਤੇ ਜ਼ੋਰ ਦਿੰਦੇ ਨੇ। ਅਤੇ ਇਹ ਹੈਗਾ ਚਾਰਟ ਹੈਗਾ ਜਿਹੜਾ ਕਿ ਤੁਸੀਂ ਇੱਥੇ ਵਿੱਚ ਇਹਦੀ ਕਾਪੀ ਕਰ ਸਕਦੇ ਹੈ, ਡਿਸਕ੍ਰਿਪਸ਼ਨ ਵਿੱਚ ਹੈਗਾ। ਸਤਿਗੁਰੂ ਨਾਨਕ ਦੇਵ ਜੀ ਨੇ ਜਨਰਲ ਇੰਟਰੋਡਕਸ਼ਨ ਦਿੱਤੀ, ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ, ਹੋਮੇ ਮਾਰ ਕੇ ਉਹਨਾਂ ਨੂੰ ਆਦਮੀ ਤਪੇ ਤੋਂ ਬੇਮੁੱਖ ਕਰਕੇ ਅਤੇ ਉਹਨਾਂ ਨੂੰ ਅਕਾਲ ਪੁਰਖ ਵੱਲ ਉਹਨਾਂ ਦਾ ਮੁੱਖ ਕੀਤਾ ਵੀ ਉੱਥੋਂ ਮਿਲਣੀਆਂ ਸਾਰੀਆਂ ਚੀਜ਼ ਦਾਤਾਂ। ਦਾਤਾਂ ਦਾ ਉਹੀ ਦਤਾਰ ਹੈਗਾ। ਜਦੋਂ ਅਕਾਲ ਪੁਰਖ ਵੱਲ ਉਹਨਾਂ ਨੂੰ ਸਨਮੁੱਖ ਬਣਾਇਆ ਨਾ, ਫਿਰ ਸਤਿਗੁਰੂ ਅਮਰਦੇਵ ਜੀ ਨੇ ਉਹਨਾਂ ਨੂੰ ਫਿਰ ਉਹ ਸਬਕ ਦਿੱਤੇ ਸਿੱਖੀ ਦੇ, ਸੁਰਤੀ ਵਾਲੇ ਹੋ ਗਏ ਨਾ। ਇਹ ਹੈਗੇ ਹੋਮੇ, ਹੋਮੇ 'ਚ ਹੈਗਾ ਸੋਚਿਆ ਸੋਚੀ ਨਾ ਹੋਏ ਜੇ ਸੋਚੀ ਲਖਵਾੜ, ਚੁੱਪਿਆਂ ਚੁੱਪ ਨਾ ਹੋਏ ਜੇ ਨਾਇਰਾ ਲਵਤਾਰ, ਭੁੱਖਿਆ ਭੁੱਖ ਨਾ ਉਤਰੇ ਬੰਨਾ ਪੁਰੀਆ ਪਾਰ, ਸਹਿ ਸਿਆਪਾ ਲੱਖੋਂ ਤਾਂ ਇੱਕ ਨਾ ਚੱਲੇ ਨਾਲ। ਅਤੇ ਇਸ ਕਰਕੇ ਜਿਹੜੇ ਇਹ ਸੀਗੇ ਸਿੱਖ ਸਤਿਗੁਰੂ ਅੰਗਦ ਦੇਵ ਅਮਰਦੇਵ ਜੀ ਨੂੰ ਫੜਾਏ, ਇਹ ਸੀਗੇ ਮਨ ਮੁੱਖ, ਮਨ ਇਹਨਾਂ ਦਾ ਜਾਗਿਆ ਸੀ। ਇਹ ਫਿਰ ਇਹ ਮਾਇਆ ਨੂੰ ਪੈਂਦੇ ਨੇ, ਮੋਹ, ਮਾਇਆ ਦੇ ਮੋਹ 'ਚ ਫਸ ਜਾਂਦੇ ਨੇ। ਵਿਰਲਾ ਹੀ ਹੈਗਾ ਜਿਹੜਾ ਕਿ ਇੱਥੋਂ ਨਿਕਲੇਗਾ ਅਤੇ ਉਹ ਅਕਾਲ ਪੁਰਖ ਨੂੰ ਪਾਉਣ ਲਈ ਜਾਗੇਗਾ। ਇਹ ਜਿਹੜੇ ਇਹ ਮਰ ਗਏ ਨੇ ਅਕਾਲ ਪੁਰਖ ਤੋਂ, ਉਹਨਾਂ ਨੇ ਆਪਣਾ ਜਦ ਇੱਕ ਵਾਰੀ ਥੱਲੇ ਡਿੱਗ ਪਏ ਫਿਰ ਉੱਪਰ ਹੀ ਚੜ੍ਹ ਹੁੰਦਾ। ਮਨਮੁੱਖ ਜਿਹੜਾ ਹੁੰਦਾ ਹੈਗਾ ਇੱਕ ਵਾਰੀ ਉਹਨੂੰ ਪੈਸੇ ਦਾ ਪੈ ਜਾ ਨਾ ਚੱਸ ਲੁੱਟਣ ਦਾ ਲੋਕਾਂ ਨੂੰ, ਜਿੱਦਾਂ ਪਾਇਆ ਬਣ ਜਾਂਦੇ ਸਾਧ, ਭਗਵੇਂ ਕੱਪੜੇ ਪਾ ਲੈਂਦੇ ਨੇ ਅਤੇ ਲੋਕਾਂ ਨੂੰ ਲੁੱਟਦੇ ਨੇ ਪੈਸਾ। ਜਿਹੜਾ ਅਸਲ ਸਾਧ ਹੁੰਦਾ ਉਹ ਪੈਸੇ ਨੂੰ ਹੱਥ ਨਹੀਂ ਲਾਉਂਦਾ। ਇਹ ਜਿਹੜੇ ਆ ਜਾਂਦੇ ਨਾ ਉੱਥੇ ਮੈਂ ਹੋਸਪਿਟਲ ਬਣਾਉਣਾ ਜਾਂ ਬਣਾਉਣਾ, ਇਹ ਠੱਗ ਹੈਗੇ ਨੇ। ਇਹ ਠਗੋਲੀ ਪਾ ਲੈਂਦੇ ਨੇ ਅਤੇ ਪੈਸੇ ਲੈ ਕੇ ਆਪ ਐਸ਼ਾਂ 'ਚ ਰਹਿੰਦੇ ਉੱਥੇ ਇੰਡੀਆ ਜਾ ਕੇ। ਇੱਕ ਵਾਰੀ ਉਹ 'ਚ ਉਹਨਾਂ ਨੂੰ ਚੱਸ ਪੈ ਜਾਏ, ਉਹਨਾਂ ਨੂੰ ਕਹੋ ਵੀ ਗੁਰਮੁਖ ਬਣ ਜਾਓ, ਕਹਿੰਦੇ ਉੱਥੋਂ ਉੱਥੋਂ ਕੀ ਮਿਲਣਾ ਹੈਗਾ, ਉੱਥੋਂ ਤਾਂ ਦੇਣਾ ਪੈਂਦਾ ਹੈਗਾ, ਲੈਣਾ ਮਿਲਦਾ ਨਹੀਂ ਕੁਛ ਵੀ। ਉਹ ਨਹੀਂ ਜਾਣਗੇ ਉੱਧਰ ਨਹੀਂ, ਉਹ ਹੁੰਦੇ ਫਿਰ ਮਰੇ ਹੋਏ ਹੁੰਦੇ ਨੇ ਇੱਦਾਂ ਦੇ ਲੋਕ। ਉਹਨਾਂ ਨੇ ਆਪਣਾ ਮਨ ਜਿਹੜਾ ਅਕਾਲ ਪੁਰਖ ਵੱਲੋਂ ਮਾਰ ਲਿਆ ਹੈਗਾ। ਅਤੇ ਇਹ ਹੈਗਾ ਉਹਨਾਂ ਦੀ ਫੰਕਸ਼ਨ। ਫਿਰ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਿਆ, ਉਹਨਾਂ ਨੇ ਮੋਹ ਤੋੜਿਆ। ਜਿੱਦਾਂ ਸਾਧੂ ਹੁੰਦੇ ਨੇ ਉਹਨਾਂ ਨੂੰ ਕਿਹਾ ਵੀ ਸਾਧੂਆਂ ਵਾਂਗਣ ਬਣੋ, ਜਿੱਦਾਂ ਸਾਧੂਆਂ ਦਾ ਮੋਹ ਨਹੀਂ ਹੁੰਦਾ ਕੋਈ ਵੀ ਦੁਨੀਆਂ ਨਾਲ, ਇੱਦਾਂ ਦਾ ਬਣੋ ਵੈਰਾਗੀ।
ਫਿਰ ਤੁਸੀਂ ਅਕਾਲ ਪੁਰਖ ਨੂੰ ਪਾਓਗੇ। ਜਦੋਂ ਬਣ ਜਾਂਦਾ ਵੈਰਾਗੀ, ਫਿਰ ਅਕਾਲ ਪੁਰਖ ਉਹ ਬਾਂਹ ਕੱਢ ਕੇ ਇੱਥੇ ਚੱਕ ਲੈਂਦਾ ਉਹਨੂੰ। ਇੱਥੇ ਤੁਸੀਂ ਆਪ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕਿਰਪਾ ਨਾਲ ਜਾ ਹੁੰਦਾ, ਅਤੇ ਇੱਥੇ ਤਾਂ ਇੱਥੇ ਪਹੁੰਚ ਜਾਂਦਾ, ਗੁਰਮੁਖ ਤਾਂ ਬਣ ਜਾਂਦਾ ਆਦਮੀ। ਇਹਦੇ ਚ ਹੁੰਦਾ ਇਹਦੇ ਸੱਚਾ, ਸੰਤੋਖੀ ਅਤੇ ਦਇਆਵਾਨ। ਇੱਥੇ ਤਾਂ ਇੱਥੇ ਚਲਾ ਜਾਂਦਾ ਹੈਗਾ, ਪਰ ਅੱਗੇ ਨਹੀਂ ਉਹ ਪਹੁੰਚ ਸਕਦਾ ਜਿੰਨਾ ਚਿਰ ਉਹਦੀ ਮਿਹਰ ਨਾ ਹੋਵੇ। ਹੈਗਾ ਸਤਿਗੁਰੂ ਅਮਰਦੇਵ ਜੀ ਜਿਹੜੇ ਸੀਗੇ, ਦੁਬਦਾ ਪੰਨ ਦੁਬਦਾ ਦੇ ਪੰਨਣ ਵਾਲੇ, ਅਤੇ ਇਹਨਾਂ ਲਿਖਿਆ ਪੂਰਬ ਲਿਖਿਆ ਕਮਾਵਨਾ, ਜੇ ਕਰਤੇ ਆਪ ਲਿਖਾਏ ਸੀ। ਕਹਿੰਦੇ ਪੂਰਬ ਲਿਖਿਆ ਹੋਵੇ ਨਾ, ਫਿਰ ਇਹ ਨਾਮ ਮਿਲਦਾ ਹੈਗਾ। ਅਤੇ ਕਰਮ ਹੋਣ ਤਾਂ ਸਤਿਗੁਰੂ ਪਾਈਏ, ਅਤੇ ਸਤਿਗੁਰੂ ਪਾਈਏ ਤਾਂ ਫਿਰ ਸਤਿਗੁਰੂ ਜਿਹੜਾ ਹੈਗਾ ਅੰਦਰ ਹੈਗਾ ਬੈਠਾ, ਉਹ ਫਿਰ ਨਾਮ ਲਿਆ, ਉਹ ਫਿਰ ਕੱਢਦਾ ਨਾਮ। ਸਤਿਗੁਰੂ ਹੈਗਾ ਸੱਤ ਦਾ ਗੁਰ ਜਾਣਨ ਵਾਲਾ, ਗੁਰ ਹੈਗਾ ਢੰਗ, ਢੰਗ ਕੀ ਹੈਗਾ ਲੋਜੀਕਲ ਰੀਜ਼ਨਿੰਗ, ਲੋਜੀਕਲ ਰੀਜ਼ਨਿੰਗ ਲੋਗੋਸ, ਉਹਦਾ ਤੱਤ ਮੂਲ ਲੋਗੋ ਹੈਗਾ ਲੋਜੀਕਲ ਰੀਜ਼ਨਿੰਗ ਦਾ, ਉਹ ਪ੍ਰਸ਼ਾਦ ਹੈਗਾ ਸਤਿਗੁਰ ਪ੍ਰਸਾਦ। ਇਸ ਤਰ੍ਹਾਂ ਹੈਗਾ ਨਾ, ਪੂਰਵ ਲਿਖਿਆ ਕਮਾਵਨਾ ਜੇ ਕਰਤੇ ਆਪ ਲਿਖਾਏ ਸੀ। ਜੇ ਉਹਨੇ ਧੁਰ ਤੋਂ ਲਿਖਿਆ ਤੁਹਾਡਾ ਤਾਂ ਤੁਸੀਂ ਕਮਾਓਗੇ, ਜੇ ਤੁਹਾਡਾ ਲਿਖਿਆ ਵੀ ਤੁਸੀਂ ਨਾਮ ਕਮਾਉਣਾ ਤੇ ਨਾਮ ਕਮਾਓਗੇ, ਮਨ ਜਾਗਿਆ ਹੋਏਗਾ ਦਿਨ ਦਾ, ਫਿਰ ਤੁਸੀਂ ਮੋਹ ਦੀ ਠਗੋਲੀ ਪੈ ਜਾਓਗੇ, ਜਿਹੜਾ ਕਿ ਮਾਇਆ ਦੀ ਠਗੋਲੀ, ਮਾਇਆ ਲੁੱਟਣ ਲੱਗ ਪੋਗੇ, ਲੋਕਾਂ ਨੂੰ ਲੁੱਟਣ ਲੱਗ ਪੋਗੇ। ਜਿੱਦਾਂ 22 ਮੰਜੀਆਂ ਢਾਹ ਕੇ ਸੋਢੀ ਖੱਤਰੀ ਬਹਿ ਗਏ ਸੀਗੇ, ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਪ੍ਰਗਟ ਹੋਣਾ ਸੀਗਾ, ਉਹਨਾਂ ਦੇ ਪਿੰਡ 'ਚ ਹੀ ਬਹਿ ਗਏ ਸੀ, ਉਹਨਾਂ ਦੇ ਮੋਢੀ ਬਹਿ ਗਏ ਸੀਗੇ, ਉਹਨਾਂ ਨੂੰ ਕੋਈ ਡਰ ਨਹੀਂ ਸੀਗਾ। ਕਹਿੰਦੇ ਅੱਜ ਅੱਜ ਕੱਲ੍ਹ ਤਾਂ ਕੀ ਡਰ ਹੋਣਾ ਹੈਗਾ, ਅੱਜ ਕੱਲ੍ਹ ਤਾਂ ਕੋਈ ਡਰ ਨਹੀਂ ਹੈਗਾ ਇਹਨਾਂ ਨੂੰ, ਲੋਕ ਲੁੱਟਦੇ ਨੇ ਇੱਕ ਦੂਜੇ ਨੂੰ ਖੂਬ। ਅਤੇ ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਐਵੇਂ ਨਹੀਂ ਕਹਿ ਗਏ ਕੋਟਨ ਮੇਂ ਏਕ ਸਿੱਖ ਹੋਵੇਗਾ, ਮੋਠ ਗੋਲੀ ਪਾਇਨ ਵਿਸਰਿਆ ਗੁਣਤਾਸ। ਉਹ ਫਿਰ ਮਾਇਆ ਦੀ ਠਗੋਲੀ 'ਚ ਪੈ ਜਾਂਦੇ ਨੇ, ਫਿਰ ਅਕਾਲ ਪੁਰਖ ਨੂੰ ਭੁੱਲ ਜਾਂਦੇ ਨੇ ਵੀ ਉਹਦੇ ਤੋਂ ਕੀ ਮਿਲਣਾ ਹੈਗਾ। ਉਹਦਾ ਨਾਮ ਜਪਾਂਗੇ ਤਾਂ ਕੀ ਮਿਲੇਗਾ, ਪੈਸਾ ਨਹੀਂ ਕੁਛ ਮਿਲਦਾ। ਉਹ ਕਹਿੰਦੇ ਵੀ ਇੱਥੇ ਹੁਣ ਕੀਰਤਨ ਕਰਦੇ ਹਾਂ ਅਤੇ ਉੱਥੋਂ 5,000 ਰੁਪਈਏ ਮਿਲੂਗੇ, ਕੀਰਤਨ ਜਾਂ ਪੈਸੇ ਮਿਲਣਗੇ ਅਤੇ ਬੋਝੇ 'ਚ ਪਾਵਾਂਗੇ, ਖਰਚਾ ਚੱਲੇਗਾ। ਇਸ ਕਰਕੇ ਉਹ ਹਮੇਸ਼ਾ ਜਦੋਂ ਕੰਮ ਕਰਦੇ ਨੇ ਉਹ ਪੈਸੇ ਦੀ ਖਾਤਰ ਕਰਦੇ ਨੇ। ਕੋਈ ਕੋਈ ਹੈਗਾ ਜਿਹੜਾ ਬਿਰਲਾ ਹੀ, ਜਿਹੜਾ ਕਿ ਅਕਾਲ ਪੁਰਖ ਦੇ ਮੁੱਖ ਰੱਖ ਕੇ ਕਰਦਾ ਹੈਗਾ, ਉਹਨੂੰ ਜਿਹੜਾ ਹੈਗਾ ਉਹ ਨਾਮ ਪਾ ਸਕਦਾ ਹੈਗਾ, ਦੂਜੇ ਨਹੀਂ ਪਾ ਸਕਦੇ ਜਿਹਨਾਂ ਦਾ ਮਾਇਆ ਦਾ ਮੋਹ ਹੈਗਾ। ਇੱਥੇ ਇੱਕ ਕਰਦਾ ਸੀ ਗੁਰਦੁਆਰੇ 'ਚ, ਆਪਣੇ ਰਾਮਗੜੀਏ ਗੁਰਦੁਆਰੇ 'ਚ, ਔਰਤ ਅਤੇ ਉਹਦਾ ਮੁੰਡਾ ਅਤੇ ਆਪ ਤਿੰਨੇ ਕੀਰਤਨ ਕਰਦੇ ਸੀ। ਅਤੇ ਮੈਂ ਕਿਹਾ ਵੀ ਜੇ ਤੁਸੀਂ ਕੀਰਤਨ ਤਾਂ ਕਰਦੇ ਆ, ਜਿਹੜੇ ਪੈਸੇ ਚੜ੍ਹਦੇ ਤੁਸੀਂ ਬੋਝੇ 'ਚ ਪਾ ਲੈਂਦੇ ਆ, ਤੁਸੀਂ ਫਿਰ ਕੀਰਤਨ ਕਰਦੇ ਆ ਪੈਸੇ ਦੀ ਖਾਤਰ ਕਰਦੇ ਆ, ਜਦੋਂ ਤੁਸੀਂ ਇਹ ਪੈਸਾ ਲੈ ਲਿਆ ਬੋਝੇ 'ਚ ਪਾ ਲਿਆ, ਫਿਰ ਅਕਾਲ ਪੁਰਖ ਨੇ ਕੁਛ ਨਹੀਂ ਦੇਣਾ, ਉਹ ਬੁੱਧੂ ਨਹੀਂ ਹੈਗਾ। ਉਹਦੇ ਤੋਂ ਤਦ ਮਾਇਆ ਮਿਲਦੀ ਹੈਗੀ ਜੇ ਤੁਸੀਂ ਇਸ ਮਾਇਆ ਨੂੰ ਨਾ ਪਕੜੋ, ਇਹਨੂੰ ਹੱਥ ਨਾ ਲਾਓ, ਜੇ ਉਹਦੇ ਲਈ ਤੁਸੀਂ ਕਰੋ ਗੁਣ ਗਾਓ ਤਾਂ ਫਿਰ ਉਹ ਤੁਹਾਨੂੰ ਮਾਇਆ ਦਿੰਦਾ ਆਪਣੀ। ਅਤੇ ਉਹ ਆਦਮੀ ਤਾਂ ਸਮਝ ਗਿਆ, ਮੁੰਡਾ ਸੀਗਾ ਅਕਾਊਂਟੈਂਟ, ਮੈਂ ਕਿਹਾ ਤੈਨੂੰ ਕੋਈ ਪੈਸੇ ਦੀ ਥੋੜ੍ਹ ਹੈਗੀ? ਕਹਿੰਦਾ ਨਹੀਂ ਜੀ, ਜੇ ਥੋੜ੍ਹ ਨਹੀਂ ਹੈਗੀ ਤਾਂ ਫਿਰ ਐਵੇਂ ਕਦੋਂ ਤੁਸੀਂ ਮੂੰਹ ਕਾਲਾ ਕਰਦੇ ਆ ਪੈਸਾ ਚੱਕਦੇ ਆ? ਅਤੇ ਉਹਦਾ ਤਾਂ ਪੇ ਤਾਂ ਪੁੱਤਰ ਸਮਝ ਗਿਆ, ਉਹ ਜਿਹੜੀ ਮਾਂ ਸੀ ਉਹਨਾਂ ਦੀ, ਉਹ ਘੂਰ ਕੇ ਦੇਖੇ ਮੇਰੇ ਮੂੰਹ ਵੱਲ ਵੀ ਸਾਡੇ ਇਹ ਆ ਗਿਆ ਵੀ ਪੈਸੇ ਨਾ ਚੱਕੋ, ਇਹ ਸਾਡੇ ਆ ਗਿਆ ਵੀ ਵਿਘਨ ਪਾਉਣ ਵਿੱਚ। ਅਤੇ ਇੱਦਾਂ ਦੇ ਲੋਕ ਹੈਗੇ ਨੇ, ਬਹੁਤ ਘੱਟ ਹੈਗੇ ਨੇ ਲੋਕ ਜਿਹੜੇ ਕਿ ਅਕਾਲ ਪੁਰਖ ਨੂੰ ਦੀ ਮਾਇਆ ਨੂੰ ਪਾਉਂਦੇ ਨੇ ਹੱਥ, ਅਤੇ ਇਸ ਮਾਇਆ ਨੂੰ ਨਹੀਂ ਪਾਉਂਦੇ।
ਜੇ ਮੈਂ ਵੀ ਉਹ ਕਿਤਾਬਾਂ ਲਿਖੀਆਂ ਗਈਆਂ ਨੇ, ਕਾਕੋਲੇ ਲੱਖ 7,000 ਚ ਪਾਈਆਂ ਸੀ, ਉਹ ਜਿਹਨੇ ਛਾਪਣ ਵਾਲੇ ਨੇ ਕਹਿੰਦਾ 4,000 ਮੈਂ ਵੰਡ ਦਿਆਂਗਾ, ਆਪਣੇ ਨਾਲ ਕੁਛ ਨਹੀਂ ਵੰਡੀ ਵੁੰਡੀ, ਸਭ ਪੈਸੇ ਪੂਸੇ ਖਾ ਗਿਆ। ਜਿਹੜਾ ਨਾ ਆਪਣਾ ਪੰਜਾਬ ਹੈਗਾ, ਇਹ ਐਪੀ ਸੈਂਟਰ ਹੈਗਾ ਕਰੁੱਕ ਦਾ, ਤਦੇ ਹੋਸਪਿਟਲ ਬਣਿਆ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਜਿਹੜਾ ਹੋਸਪਿਟਲ ਹੈਗਾ ਰੂਹਾਨੀ ਬਿਮਾਰਾਂ ਦਾ, ਗਰੀਡੀ ਕਰੁੱਕ ਦਾ, ਇਹ ਉੱਥੇ ਹੀ ਬਣਨਾ ਜਿੱਥੇ ਕਰੁੱਕ ਹੋਣਗੇ। ਇਸ ਕਰਕੇ ਐਪੀ ਸੈਂਟਰ ਕਰੁੱਕ ਦਾ ਜਿਹੜਾ ਹੈਗਾ ਉਹ ਅੰਮ੍ਰਿਤਸਰ ਹੈਗਾ। ਅੰਮ੍ਰਿਤਸਰੀਏ ਅੰਦਰ ਸੜੀਏ, ਐਵੇਂ ਨਹੀਂ ਕਹਿ ਗਿਆ ਕੋਈ। ਤੇ ਗੁਰਮੁਖ ਨਾ ਨਚੇਤੀਓ, ਸੋਰੀ, ਮਤ ਜਾਣੋ, ਮਤ ਜਾਣੋ ਜੱਗ ਜੀਵ ਜੀਵ ਦਾ। ਇਹ ਨਾ ਸਮਝੋ ਵੀ ਇਹ ਜੱਗ ਜਿਹੜਾ ਹੈਗਾ ਇਹ ਜਿਉਂਦਾ ਹੈਗਾ ਅਕਾਲ ਪੁਰਖ ਲਈ। ਦੂਜੇ ਪਾਏ ਮੋਇਸ਼ੀ, ਇਹ ਦੂਜੇ ਪਾਏ ਮਰ ਗਿਆ ਹੈਗਾ, ਅਕਾਲ ਪੁਰਖ ਦੀ ਮਾਇਆ ਨੂੰ ਨਹੀਂ ਪੈਂਦਾ। ਜਿਹੜੇ ਅਕਾਲ ਪੁਰਖ ਦੀ ਮਾਇਆ ਨੂੰ ਪੈਂਦੇ ਉਹ ਜਿਉਂਦੇ ਹੈਗੇ ਨੇ, ਜਿਹੜੇ ਹੈਗੇ ਨੇ ਆਪਣੇ ਮਾਇਆ ਦੇ ਪੈ ਗਏ ਨੇ, ਪੈਸੇ ਮਗਰ ਪੈ ਗਏ ਨੇ, ਠੱਗਣ ਲੱਗ ਪਏ ਲੋਕਾਂ ਨੂੰ ਪਾ ਕੇ ਪਸ਼ੂ ਭਗਵੇਂ ਕੱਪੜੇ ਤਾਂ ਹੋਰ, ਉਹ ਮਰ ਗਏ ਨੇ। ਤਦੇ ਕਿਹਾ ਵੀ ਕੋਟਨ ਮੇਂ ਏਕ ਸਿੱਖ ਹੋਵੇਗਾ, ਕੋਟਨ ਮੇਂ ਜਿੰਨੀ ਗੁਰਮੁਖ ਨਾਮ ਨਾ ਚੇਤੀਓ, ਜਿਨ੍ਹਾਂ ਨੇ ਗੁਰਮੁਖ ਨਾਮ, ਗੁਰ ਹੁੰਦਾ ਢੰਗ, ਮੁਖ ਹੈਗਾ ਮੂੰਹ, ਜਿਨ੍ਹਾਂ ਨੇ ਜਦੋਂ ਬੋਲਿਆ ਮੂੰਹ ਚੋਂ ਢੰਗ ਨਾਲ ਨਾ ਬੋਲਿਆ, ਲੌਜੀਕਲ ਰੀਜਨਿੰਗ ਨਾਲ ਨਾ ਬੋਲਿਆ, ਉਹਨਾਂ ਨੇ ਉਹਦਾ ਨਾਮ ਨਹੀਂ ਚੇਤੇ ਕੀਤਾ। ਜਿਹੜੇ ਆਲ ਪਤਾਲ ਬੋਲਦੇ ਨਾ ਲੋਕਾਂ ਨੂੰ ਖੁਸ਼ ਕਰਨ ਲਈ ਤਾਂ ਕਿ ਉਹ ਪੈਸੇ ਦੇਣ, ਤੁਹਾਨੂੰ ਕਹਿ ਦਿੰਦੇ ਖਾਲਿਸਤਾਨ ਬਣਾਉਣਾ ਜੀ, ਉੱਥੇ ਹੋਸਪਿਟਲ ਬਣਾਉਣਾ ਜੀ, ਆਹ ਕਰਨਾ ਹੈਗਾ, ਪੈਸੇ ਲੋਕਾਂ ਤੋਂ ਲੈ ਲੈਂਦੇ ਨੇ, ਬੋਝੇ 'ਚ ਪਾ ਕੇ ਤੇ ਉਡੰਤਰ ਹੁੰਦੇ ਨੇ। ਤੇ ਇੱਦਾਂ ਦੇ ਜਿਹੜੇ ਲੋਕ ਠੱਗ ਹੈਗੇ ਨੇ ਇਹਨਾਂ ਤੋਂ ਬਚ ਕੇ ਰਹੋ। ਉਹ ਗੁਰਮੁਖ ਨਹੀਂ ਹੈਗੇ, ਉਹ ਹੈਗੇ ਮਨਮੁਖ। ਜਿੰਨੇ ਗੁਰਮੁਖ ਨਾਮ ਨਾ ਚੇਤੀਓ, ਜਿਨ੍ਹਾਂ ਨੇ ਆਪਣੇ ਗੁਰਮੁਖ ਹੋ ਕੇ ਲੌਜੀਕਲ ਰੀਜਨਿੰਗ ਦੇ ਹੋ ਕੇ ਨਾਮ ਨਹੀਂ ਚੇਤਿਆ, ਸਹਿ ਬਹਿਨ ਨਾ ਮਿਲਣੀ ਪਾਸ, ਇੱਦਾਂ ਦੇ ਜਿਹੜੇ ਲੋਕ ਹੁੰਦੇ ਉਹਨੂੰ ਅਕਾਲ ਪੁਰਖ ਕੋਲ ਨਹੀਂ ਬਿਠਾਉਂਦਾ। ਉਹ ਫਿਰ 84 ਦੀ ਯੂਨ ਚ ਪਾ ਦਿੰਦਾ ਵੀ ਜਾਓ ਉੱਥੇ ਜਾ ਕੇ ਹੋਰ ਕਮਾਓ, 84 ਲਾ ਕੇ ਆਓ। ਫਿਰ ਇਹ ਜਿਹੜਾ ਦੇਹ ਹੈਗੀ ਦੁਰਲੱਭ ਹੈਗੀ, ਤੇ ਲੋਕਾਂ ਨੂੰ ਬਹੁਤ ਮੌਕਾ ਹੈਗਾ ਕਿ ਅਕਾਲ ਪੁਰਖ ਨੂੰ ਮਿਲਣ ਦਾ ਤੇ ਉਹਦੀ ਮੁਕਤੀ ਪਾਉਣ ਦਾ। ਦੁੱਖ ਲਾਗਾ ਬਹੁ ਅਤ ਘਣਾ, ਮਾਇਆ ਨਾਲ ਦੁੱਖ ਲੱਗਦਾ ਹੈਗਾ ਕਿਸੇ ਦਾ, ਜਦੋਂ ਤੁਸੀਂ ਮਾਇਆ ਬਣਾਉਂਦੇ ਆ ਅਗਲੇ ਨੂੰ ਠੱਗ ਕੇ ਬਣਾਉਂਦੇ ਆ, ਜਦੋਂ ਠੱਗਦੇ ਆ ਤੇ ਦਿਲ ਨੂੰ ਦੁੱਖ ਲੱਗਦਾ ਵੀ, ਪਰ ਜਿਹੜਾ ਆਪਣਾ ਦਿਲ ਹੁੰਦਾ ਉਹਦਾ ਖੁਸ਼ ਹੁੰਦਾ ਵੀ ਮੈਂ ਮਾਇਆ ਬਣਾ ਲਈ, ਪਰ ਜਿਹੜਾ ਠੱਗਿਆ ਜਾਂਦਾ ਹੈਗਾ ਉਹਨੇ ਉਹਨੂੰ ਪੁੱਛੋ ਵੀ ਕਿੰਨਾ ਦੁੱਖ ਲੱਗਦਾ ਹੈਗਾ, ਤੇ ਉਹਨੂੰ ਦੁੱਖ ਲੱਗਦਾ ਵੀ ਇਹ ਠੱਗ ਗਿਆ ਮੈਨੂੰ। ਉਹ ਜਿਹੜਾ ਸੱਚਾ ਹੁੰਦਾ ਉਹਨੂੰ ਸੱਚ ਦੀ ਕਮਾਈ ਕੀਤੀ ਹੁੰਦੀ, ਉਹਨੂੰ ਬਹੁਤ ਦੁੱਖ ਦੁੱਖਦੀ ਹੈਗੀ ਵੀ ਮੈਂ ਤਾਂ ਕਿਸੇ ਨੂੰ ਲੁੱਟਿਆ ਨਹੀਂ, ਇਹ ਮੈਨੂੰ ਲੁੱਟ ਕੇ ਲੈ ਗਿਆ। ਪਰ ਇਹ ਜਿਹੜਾ ਹੈਗਾ ਲੁੱਟਣ ਦਾ ਅੱਜ ਕੱਲ੍ਹ ਸਮਾਂ ਹੈਗਾ, ਹਰ ਇੱਕ ਲੁੱਟਦਾ ਹੈਗਾ, ਅਤੇ ਬਹੁਤ ਬਚ ਕੇ ਰਹਿਣਾ ਪੈਂਦਾ। ਦੁੱਖ ਲੱਗਾ ਬਹੁ ਅਤ ਗਣਾ, ਪੁੱਤ ਤਲਤ ਨਾ ਸਾਥ ਕੋਈ ਜਾਸੀ, ਜਿਹੜੇ ਪੁੱਤਰ ਹੈਗੇ ਨੇ ਹੋਰ ਤੀਵੀਂ ਹੈਗੀ ਜਾਂ ਕੋਈ ਵੀ ਕਿਸੇ ਨੇ ਨਹੀਂ ਸਾਥ ਜਾਣਾ ਅਕਾਲ, ਜਦੋਂ ਤੁਸੀਂ ਗੁਜ਼ਰ ਗਏ ਇਹ ਇੱਥੇ ਹੀ ਰਹਿ ਜਾਣਗੇ, ਅਤੇ ਇਹਨਾਂ ਨੇ ਇਹਨਾਂ ਨੂੰ ਤੁਸੀਂ ਖਿਲਾਇਆ ਪਿਲਾਇਆ ਹੈਗਾ, ਇਹਨਾਂ ਨੇ ਯਾਦ ਹੀ ਨਹੀਂ ਕਰਨਾ, ਕਹਿਣਾ ਚੰਗਾ ਹੋਇਆ ਬੁੱਢਾ ਮਰ ਗਿਆ, ਹੁਣ ਪੈਸੇ ਅਸੀਂ ਖੂਬ ਲੁੱਟਾਂ ਐਸ਼ ਕਰਾਂਗੇ। ਲੋਕਾਂ ਵਿੱਚ ਮੂੰਹ ਕਾਲਾ, ਜਿਨ੍ਹਾਂ ਨੂੰ ਲੁੱਟਿਆ ਸੀਗਾ ਉਹਨਾਂ 'ਚ ਉਹਦਾ ਮਨਮੁੱਖ ਦਾ ਮੂੰਹ ਕਾਲਾ ਹੈਗਾ, ਤੇ ਹੋਇਆ ਅੰਦਰ ਉਬੇ ਸਾਸ, ਤੇ ਅੰਦਰ ਉਹਦੇ ਜਿਹੜਾ ਹੈਗਾ ਨਾ ਮਨਮੁੱਖ ਜਿਹੜਾ ਹੈਗਾ ਉਹਦੇ ਅੰਦਰ ਹੋਕੇ ਆਉਂਦੇ ਨੇ ਵੀ ਉਹ ਹੁਣ ਮੈਂ ਮਰ ਜਾਣਾ ਹੈਗਾ, ਹੁਣ ਮਾਇਆ ਇੱਥੇ ਰਹਿ ਜਾਣੀ ਹੈਗੀ, ਕਰੋੜਪਤੀ ਬਣ ਗਿਆ ਮੈਂ, ਤੇ ਹੁਣ ਕੀ ਕਰਾਂਗਾ, ਹੁਣ ਤਾਂ ਮੈਂ
ਇੱਥੇ ਰਹਿ ਜਾਣੀ ਮਾਇਆ, ਉਹਨੂੰ ਹੋਕੇ ਆਉਂਦੇ ਨੇ ਵੀ ਹੁਣ ਇਹ ਮੇਰੀ ਸਾਰੀ ਕਮਾਈ ਕੀਤੀ ਇੱਥੇ ਦੀ ਇੱਥੇ ਰਹਿ ਜਾਣੀ ਹੈਗੀ, ਅਤੇ ਉਹੀ ਉਹਦੇ ਹੋਕਿਆਂ 'ਚ ਹੀ ਮਰ ਜਾਂਦਾ ਆਦਮੀ ਵੀ ਮੇਰੇ ਇੰਨੇ ਪੈਸੇ ਹੈਗੇ ਨੇ, ਇੰਨੇ ਬੈਂਕਾਂ 'ਚ ਪਏ ਨੇ, ਆਹ ਪਿਆ ਹੈਗਾ, ਅਤੇ ਉਹਦੇ 'ਚ ਹੀ ਉਹਨੂੰ ਫਿਰ ਹੁੰਦਾ ਵੀ ਇਹ ਹੁਣ ਫਲਾਨੇ ਨੇ ਲੈ ਜਾਣੇ, ਇਹ ਫਲਾਨੇ ਨੇ ਲੈ ਜਾਣੇ ਨੇ, ਇਹੋ ਹੀ ਉਦੋਂ ਨਹੀਂ ਉਹ ਹੋਕੇ ਉਹਦੇ ਜਾਂਦੇ। ਮਨ ਮੁੱਖ ਨੂੰ ਕੋ ਨਾ ਵਿਸੇ, ਚੁੱਕ ਗਿਆ ਵਿਸ਼ਵਾਸ, ਮਨਮੁੱਖ ਨੂੰ ਕੋ ਨਾ ਵਿਸਾਈ, ਮਨਮੁੱਖ ਜਿਹੜਾ ਹੁੰਦਾ ਉਹਦਾ ਕੋਈ ਵਿਸਾ ਨਹੀਂ ਕਰਦਾ, ਕਿਉਂ ਮਨਮੁੱਖ ਨੇ ਤੁਹਾਨੂੰ ਠੱਗਣਾ ਹੈਗਾ, ਅਤੇ ਉਹਦਾ ਕੋਈ ਵਿਸਾ ਨਹੀਂ ਕਰਦਾ, ਉਹਨੂੰ ਫਿਰ ਲੋਕੀ ਕੋਈ ਮੂੰਹ ਨਹੀਂ ਲਾਉਂਦਾ। ਚੁੱਕ ਗਿਆ ਵਿਸ਼ਵਾਸ, ਲੋਕਾਂ ਦਾ ਵਿਸ਼ਵਾਸ ਉਹਦੇ 'ਤੇ ਚੁੱਕ ਗਿਆ ਹੈਗਾ ਵੀ ਉਹਨੂੰ ਕੋਈ ਨਹੀਂ ਲਾਉਂਦਾ। ਇੱਦਾਂ ਹੀ ਮੇਰੇ ਪਿੱਛੇ ਰਹਿੰਦਾ ਸੀ ਇੱਕ ਅੰਮ੍ਰਿਤਸਰੀਆ, ਅਤੇ ਬੜਾ ਪਿਆਰ ਹੋਣਾ ਉਹਦੇ ਨਾਲ, ਅਤੇ ਉਹਨੇ ਆਹ ਡਿਊਟੀ ਜਿੱਥੇ ਬੈਠਾ ਬਣਾਉਣੀ ਸੀਗੀ, ਅਤੇ ਮੈਨੂੰ ਕਹਿੰਦਾ 5 'ਚ ਬਣਵਾ ਦਿਆਂਗਾ। ਮੈਂ ਕਿਹਾ ਠੀਕ ਹੈ, 5 ਬਹੁਤ ਸੋਹਣਾ ਹੈਗਾ। ਅਤੇ ਮੈਂ ਮੰਨ ਗਿਆ ਚੁੱਪ ਕਰਕੇ, ਅਤੇ ਫਿਰ ਜਦੋਂ ਢਾਲੀ ਡਿਊਟੀ ਮੋਹਰੇ ਵੀ ਹੋਰ ਕੰਮ ਕਰਵਾਉਣਾ ਸੀ, ਉਹ ਵੀ ਮੈਂ ਕਿਹਾ ਇੱਟਾਂ ਲਗਾਉਣੀਆਂ, ਉਹ ਵੀ ਲਗਵਾ ਦਿੱਤੀਆਂ, ਯਾਨੀ ਕਿ ਮੈਨੂੰ ਉਹ 4-5 ਹਜ਼ਾਰ ਵਿੱਚ ਥੁੱਕ ਸਿੱਧਾ ਹੀ ਲਾ ਗਈ ਹੈ। ਅਤੇ ਫਿਰ ਹੱਥ ਮਿਲਾਵੇ, ਮੈਂ ਕਿਹਾ ਜਾ ਦੌੜ ਜਾ, ਹੁਣ ਤੇਰਾ ਵਿਸ਼ਵਾਸ ਉਤਰ ਗਿਆ ਹੈਗਾ। ਇੱਦਾਂ ਦੇ ਹੈਗੇ ਲੋਕ ਹੁੰਦੇ ਦੁਨੀਆਂ 'ਚ ਮਿਲਦੇ। ਅੰਮ੍ਰਿਤਸਰ ਦਾ ਸੀ, ਅੰਮ੍ਰਿਤਸਰੀਏ ਅੰਦਰ ਸੜੀਏ, ਨਾਨਕ ਗੁਰਮੁਖਾਂ ਨੂੰ ਸੁੱਖ ਅਗਲਾ। ਜਿਹੜੇ ਗੁਰਮੁਖ ਹੈਗੇ ਨੇ ਉਹ ਨਾਮ ਕਮਾ ਕੇ ਲੈ ਜਾਂਦੇ ਨੇ, ਉਹ ਮਾਇਆ ਨਹੀਂ ਇਸ ਦੁਨੀਆ ਦੀ, ਅਕਾਲ ਪੁਰਖ ਦੀ ਮਾਇਆ ਲੈ ਕੇ ਜਾਂਦੇ ਨਾਲ। ਅਗਲਾ ਜਿੰਨਾ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਦਰ ਨਾਮ ਨਿਵਾਸ ਹੈਗਾ ਉਹ ਮਾਇਆ ਅਕਾਲ ਪੁਰਖ ਦੀ ਲੈ ਜਾਂਦੇ ਨੇ, ਅਤੇ ਉਹ ਨਾਲ ਜਾਂਦੀ ਹੈਗੀ। ਇਹ ਜੀ ਮਾਇਆ ਇਹ ਨਹੀਂ ਜਾਂਦੀ, ਇਹਦੇ ਤਾਂ ਹੋਕੇ ਮਾਰਦਾ ਜਿਹੜਾ ਮਨਮੁੱਖ ਹੈਗਾ, ਹੋਕੇ ਮਾਰਦਾ ਵੀ ਮੇਰੀ ਮਾਇਆ ਪਿੱਛੇ ਰਹਿ ਗਈ। ਜਿਹੜਾ ਗੁਰਮੁਖ ਹੈਗਾ ਹੱਸਦਾ ਜਾਂਦਾ ਹੈਗਾ ਵੀ ਮੈਂ ਤਾਂ ਚੱਲਿਆ ਆਪਣੀ ਮਾਇਆ ਲੈ ਕੇ ਨਾਲ, ਅਤੇ ਇਹ ਹੈਗਾ ਇਹਦੀ ਵਿਆਖਿਆ। ਅਤੇ ਬਹੁਤ ਘੱਟ ਲੋਕ ਹੈਗੇ ਨੇ ਜਿਹੜੇ ਕਿ ਸੱਤ ਦਾ ਜਿਹੜੇ ਸੱਚੇ ਅਤੇ ਸੰਤੋਖੀ ਹੈਗੇ ਨੇ, ਬਹੁਤੇ ਲੋਕ ਜਿਹੜੇ ਨੇ ਉਹ ਇੱਕ ਦੂਏ ਨੂੰ ਠੱਗਦੇ ਨੇ। ਇੰਡੀਆ ਦਾ ਜਿਹੜਾ ਨਾ ਐਪੀ ਸੈਂਟਰ ਹੈਗਾ ਨਾ ਪੰਜਾਬ, ਆਪਣਾ ਰਿਸ਼ਵਤ ਅਤੇ ਹੋਰ ਕਈ ਦਾ, ਰਿਸ਼ਵਤ ਬਿਨਾਂ ਤਾਂ ਉੱਥੇ ਕਾਗਜ਼ ਨਹੀਂ ਹਿਲਦਾ। ਅਤੇ ਕੋਈ ਕੋਈ ਹੈ ਗੁਰਮੁਖ ਜਿਹੜਾ ਮੁਲਾਜ਼ਮ ਹੈਗਾ ਜਿਹੜਾ ਕੰਮ ਸਹੀ ਕਰਦਾ, ਨਹੀਂ ਤਾਂ ਬਾਕੀ ਤਾਂ ਸਭ ਅੱਖਾਂ ਮੀਟ ਕੇ ਉਹ ਰਿਸ਼ਵਤ ਲਈ ਜਾਂਦੇ ਨੇ, ਉਧਰੋਂ ਢੰਡੋਰਾ ਦਿੰਦੇ ਵੀ ਰਿਸ਼ਵਤ ਬੰਦ ਕਰੋ, ਢੰਡੋਰਾ ਤਾਂ ਐਵੇਂ ਲੋਕਾਂ ਦਾ ਮੂੰਹ ਬੰਦ ਕਰਨ ਨੂੰ ਹੈਗਾ, ਪਰ ਹੁੰਦੀ ਨਹੀਂ ਹੈਗੀ ਬੰਦ। ਇਹ ਹੈਗੀ ਇਹਦੀ ਵਿਆਖਿਆ। ਅਤੇ ਤੁਸੀਂ ਜਿਹੜੇ ਵੈਸਟ 'ਚ ਆਏ ਲੋਕ, ਜੇ ਤੁਸੀਂ ਸੱਚੇ ਅਤੇ ਸੰਤੋਖੀ ਰਹੋ ਤਾਂ ਤੁਹਾਡੀ ਕਮਾਈ ਬਹੁਤ ਹੋ ਸਕਦੀ ਹੈਗੀ। ਜਿਹੜੇ ਨਾਨਕ ਸੀ ਇਹ ਸੈਕਿੰਡ ਕਮਿੰਗ ਆਫ ਜੀਜ਼ ਹੈਗਾ, ਦੁਬਾਰਾ ਹੋਣਾ, ਇਹ ਸਭ ਤੋਂ ਵੱਡੇ ਸੀਗੇ। ਅੱਗੇ ਤੁਹਾਡੀ ਮਰਜ਼ੀ।